ਅਸਲਾਮ ਵਾਲੇਕੁਮ, ਵੈਲਕਮ ਬੈਕ ਦ ਨਿਊ ਬਲੌਗ। ਉਮੀਦ ਕਰਦੇ ਹਾਂ ਮੇਰੇ ਭੈਣ ਭਰਾ ਸਭ ਠੀਕ ਠਾਕ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਸਿਹਤ ਵਾਲੀ ਲੰਮੀ ਜ਼ਿੰਦਗੀ ਅਤਾ ਫਰਮਾਏ। ਮੇਰੀ ਵੀਡੀਓ ਨੂੰ ਲਾਈਕ ਕੀਤਾ ਤਾਂ ਕਰੋ ਨਾ ਯਾਰ, ਵੀਡੀਓ ਨੂੰ ਲਾਈਕ ਕਰੋ, ਅੱਗੇ ਦੋਸਤਾਂ ਨੂੰ ਸ਼ੇਅਰ ਕਰੋ ਔਰ ਬੈਲ ਦੇ ਬਟਨ ਦਬਾਓ, ਕਿਉਂਕਿ ਜਲਦ ਅਜ ਜਲਦ ਆਪਾਂ ਮੰਜ਼ਲੇ ਮਕਸੂਦ 'ਤੇ ਪਹੁੰਚਣਾ। ਅਤੇ ਜਿਸ ਤਰ੍ਹਾਂ ਕੱਲ੍ਹ ਤੁਹਾਨੂੰ ਦੱਸਿਆ, ਤਿਆਰ ਸ਼ਿਆਰ ਹੋ ਗਏ, ਫਰੈਸ਼ ਹੋ ਗਿਆ, ਨਹਾ ਧੋ ਲਿਆ ਅਤੇ ਬੰਦੇ ਆਪਣੇ ਕੰਮਾਂ 'ਤੇ ਛੱਡ ਦਿੱਤੇ ਨੇ ਅਤੇ ਹੁਣ ਜਾ ਰਹੇ ਹਾਂ ਸੱਯਦ ਬਾਦਸ਼ਾਹ ਕੋਲ। ਇੱਕ ਬੱਚੇ ਨੂੰ ਦਮ ਕਰਾਉਣਾ, ਦੂਸਰਾ ਉਹਨਾਂ ਸਾਡੀ ਦਾਵਤ ਕੀਤੀ ਸੀ ਅਰਬਾਈ ਤੋਂ ਆਏ ਹਾਂ ਅਤੇ ਉਹ ਬੜੇ ਚਿਰ ਦੇ ਕਹਿ ਰਹੇ ਸਨ ਕਿ ਆਓ ਸਾਡੇ ਕੋਲ। ਅਤੇ ਕੱਲ੍ਹ ਉਹਨਾਂ ਬਕਾਇਦਾ ਆਪ ਟੈਲੀਫੋਨ ਕਰਕੇ ਪੁੱਛਿਆ ਕਿ ਕਿੰਨੇ ਜੀ ਆਓਗੇ। ਮੈਂ ਹਾਂ ਜੀ ਅਸੀਂ 3 ਜੀ, ਅਤੇ ਮੈਂ ਮੇਰੀ ਵਾਈਫ ਅਤੇ ਬੇਟੀ। ਆ ਚਲੋ ਠੀਕ ਹੈ, ਕਿੰਨੇ ਵਜੇ? ਮੈਂ ਹਾਂ ਜੀ 1 ਵਜੇ। ਉਹਨੇ ਕਿਹਾ ਠੀਕ ਹੈ, 1 ਵਜੇ ਤੁਹਾਡਾ ਖਾਣਾ ਸਾਡੇ ਵੱਲੋਂ ਜੇ, ਅਤੇ ਚੱਲਦੇ ਹਾਂ ਹੁਣ ਦਿਖਾਉਣੇ ਹਾਂ ਅਸਤਾਨਾ। ਔਰ ਇਹ ਜੇ ਮਾਸੂਮ ਫਾਤਮਾ ਮੋਮਨਾ ਜਿਹਨੂੰ ਦਮ ਕਰਾਵਣ ਚੱਲੇ ਹਾਂ ਬਾਬੇ ਹਰਾਂ ਕੋਲੋਂ। ਅਤੇ ਆਓ ਫਿਰ ਚੱਲਦੇ ਹਾਂ, ਰਸਤੇ 'ਚ ਤੁਹਾਨੂੰ ਵਿਊ ਵਿਖਾਵਾਂਗੇ। 2 hours later ਹਾਂਜੀ, ਘਰੋਂ ਨਿਕਲੇ ਹਾਂ, ਚੜ੍ਹ ਗਏ ਅਨਾਰ 'ਤੇ ਅਤੇ ਜਾ ਰਹੇ ਹਾਂ, ਅਤੇ ਇਹ ਰਸਤੇ ਦਾ ਤੁਹਾਨੂੰ ਵਿਊ ਵਿਖਾ ਰਿਹਾ। ਅਤੇ ਦੇਖੋ ਜ਼ਰਾ ਇਹ ਰਸਤੇ ਵਿੱਚ ਜਾ ਰਹੇ ਹਾਂ ਬਾਬਾ ਜੀ। ਮੈਂ ਨਾ ਹਵਾ ਵੀ ਅੱਜ ਠੰਡੀ ਸੀ ਕਿਉਂਕਿ ਰਾਤੀ ਬਾਰਿਸ਼ ਪਈ ਸੀ, ਅਤੇ ਹਵਾ ਬੜੀ ਠੰਡੀ ਸੀ, ਬੜਾ ਪਿਆਰਾ ਮੌਸਮ ਸੀ। ਇਹ ਜੀ ਹੋਸਪਿਟਲ, ਇਹ ਨਾ ਸੁਸਾਇਟੀ ਦਾ ਗੇਟ ਹੈ। ਇਹ ਬੈਠੀ ਜੇ ਮੋਮਨਾ, ਇਹ ਵੇਖੋ ਜ਼ਰਾ, ਇਹ ਅਤੇ ਇਹ ਤੁਹਾਡਾ ਵੀਰ। ਬਾਈਕ 'ਤੇ ਜਾ ਰਹੇ ਹਾਂ ਅਤੇ ਅੱਲਾ ਦੇਗਾ ਇਨਸ਼ਾਅੱਲਾ ਤੁਹਾਡੇ ਭਰਾ ਨੂੰ ਰੱਬ ਗੱਡੀ ਦੇਗਾ, ਅਤੇ ਫਿਰ ਗੱਡੀ 'ਤੇ ਜਾਵਾਂ ਕਰਾਂਗੇ। ਇਸ ਟਾਈਮ ਵੀਰ ਤੁਹਾਡੇ ਕੋਲ ਬਾਈਕ ਹੈ, ਅਤੇ ਬਾਈਕ ਦਾ ਤੁਹਾਨੂੰ ਪਤਾ ਹੈ ਵੀ ਸਫ਼ਰ ਕਿੱਡਾ ਲੰਮਾ ਹੈ। ਕਮ ਅਜ਼ ਕਮ ਮੇਰੇ ਖਿਆਲ 'ਚ 9500 ਕਿਲੋਮੀਟਰ ਹੈ ਜਾਣ ਜਾਣ, ਅਤੇ ਉਹ ਬਾਈਕ 'ਤੇ ਇੱਕ ਦਿਨ 'ਚ ਜਾਣਾ ਫਿਰ ਵਾਪਸ ਆਉਣਾ ਬੜਾ ਮੁਸ਼ਕਲ ਹੈ। ਬੰਦਾ ਕੋਈ ਰਾਤ ਉੱਥੇ ਰਹੇ ਤਾਂ ਫਿਰ ਤਾਂ ਹੁੰਦਾ ਵੀ ਚਲੋ ਥਕਾਵਟ ਲੱਗ ਜਾਂਦੀ ਹੈ। ਅਤੇ ਮੋਮਨਾ ਦਾ ਜਾ ਵੇਖੋ, ਕੱਲ੍ਹ ਬਲੌਗ ਇਸ ਵਜ੍ਹਾ ਤੋਂ ਨਹੀਂ ਆਇਆ ਸੀ ਕਿਉਂਕਿ ਕੱਲ੍ਹ ਤੁਹਾਨੂੰ ਪਤਾ ਪੂਰੇ ਪਾਕਿਸਤਾਨ ਦਾ ਨੈੱਟਵਰਕ ਦਾ ਮਸਲਾ ਸੀ, ਕਿਉਂਕਿ ਮੁਰਸ਼ਦ ਦਾ ਹੈਪੀ ਬਰਥਡੇ ਸੀ, ਉਹਦੀ ਵਜ੍ਹਾ ਤੋਂ ਹਰ ਜਗ੍ਹਾ ਬਾਬਾ ਜੀ ਅਫਰਾ ਦਫਰੀ ਮੱਚੀ। ਇਸ ਵਜ੍ਹਾ ਤੋਂ ਕੱਲ੍ਹ ਫਿਰ ਬਲੌਗ ਨਹੀਂ ਅਪਲੋਡ ਹੋ ਸਕਿਆ, ਅਤੇ ਅੱਲਾ ਖੈਰ ਰੱਖੀ, ਹਰਿਆਲੀ ਹਰਿਆਲੀ ਵੇਖੋ। ਹਾਂਜੀ ਇਹ ਪਤਾ ਦੱਸੋ, ਹਾਂ ਜਿਹੜੇ ਜਿਹੜੇ ਭਰਾਵਾਂ ਨੂੰ ਪਤਾ ਹੈ ਕਿ ਮੈਂ ਕਿਹੜੇ ਰਸਤੇ ਥਾਣੀ ਜਾ ਰਿਹਾ, ਕਮੈਂਟ ਵਿੱਚ ਦੱਸਿਆ ਜੇ ਲਿਖ ਕੇ ਕਿ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੋਂ ਜਾ ਰਿਹਾ, ਕਿਉਂਕਿ ਇਹਦਾ ਦਰਖਤ ਨੇ ਹਰਿਆਲੀ ਹੈ। ਮਲਤਾਰ ਰੋਡ 'ਤੇ ਇਸ ਪਰ ਨਹੀਂ ਚੜ੍ਹੇ ਕਿ ਉੱਧਰ ਸੜਕਾਂ ਦੀ ਗੱਡੀਆਂ ਦਾ ਧੂੰਆਂ ਕੱਟਾ ਮਿੱਟੀ, ਅਤੇ ਇਹ ਰਸਤਾ ਜਿਹੜਾ ਨਾ ਬਹੁਤ ਹੀ ਅੱਛਾ ਹੈ, ਠੰਡਾ ਰਸਤਾ ਨਾਲੇ। ਅਤੇ ਤੁਹਾਨੂੰ ਪਤਾ ਫਿਰ ਮਾਸੂਮਾਂ ਥੱਕ ਬੜੀ ਛੇਤੀ ਜਾਂਦੀ ਹੈ। ਹਾਂਜੀ ਮਿਲਦੇ ਹਾਂ ਤੁਹਾਨੂੰ ਜਾ ਕੇ ਛਾਂਗਾ ਮੰਗਾ।
ਜੀ ਪਹੁੰਚ ਗਏ ਹਾਂ ਖੈਰ ਨਾਲ ਛਾਂਗਾ ਮਾਂਗਾ, ਅਤੇ ਇਹ ਜੇ ਛਾਂਗਾ ਮਾਂਗਾ ਦਾ ਜੰਗਲ, ਇਹ ਛਾਂਗੇ ਮਾਂਗੇ ਦਾ ਰੋਡ ਜੇ, ਅਤੇ ਉਹ ਜੇ ਗੋਲ ਗੱਪਿਆਂ ਵਾਲਾ ਮਤਾਬੀ ਝੀਲ ਦੇ ਛਾਂਗਾ ਮਾਂਗਾ ਜੰਗਲ ਦੇ ਵਿੱਚ ਮਤਾਬੀ ਝੀਲ ਦੇ ਮਸ਼ਹੂਰੋ ਤਰੀਨ ਗੋਲ ਗੱਪੇ। ਅਤੇ ਇਹ ਜੇ ਤੁਹਾਡਾ ਵੀਰ ਹੋਰ ਸੁਣਾਓ ਸਭ ਠੀਕ ਠਾਕ। ਇਹ ਜੰਗਲ ਦੇ ਵਿੱਚ ਮੰਗਲ ਲੱਗਾ ਪਿਆ ਜੇ, ਅਤੇ ਇਹ ਬੈਠੀ ਜੇ ਮੋਮਨਾ। ਮੋਮਨਾ ਅੱਜ ਬੜੀ ਖੁਸ਼ ਹੈ ਕਿਉਂਕਿ ਪਿਓ ਦੇ ਨਾਲ ਨਿਕਲੀ ਹੈ ਨਾ। ਬੜਾ ਵੱਡਾ ਜੰਗਲ ਜੇ, ਬਹੁਤ ਹੀ ਵੱਡਾ। ਇਹ ਜੇ ਟ੍ਰੇਨ ਦੀ ਪਟੜੀ ਜਿਹਦੇ ਵਿੱਚ ਝੀਲ ਦੀ ਸੈਰ ਕਰਾਉਂਦੇ ਜੀ ਇਸ ਪਟੜੀ ਦੇ ਵਿੱਚ। ਅਤੇ ਇੱਧਰ ਜੇ ਦੂਸਰੀ, ਹਾਂਜੀ ਦੇਖਿਆ ਜੰਗਲ, ਜੰਗਲ ਮੈਂ ਮੰਗਲ, ਹਾਂਜੀ ਪਹੁੰਚ ਗਿਆ ਇੱਥੇ। ਇੱਥੇ ਕੁਝ ਖਾਣੇ ਪੀਣੇ ਆ, ਖਾ ਪੀ ਕੇ ਪੇਟ ਪੂਜਾ ਕਰਕੇ ਫਿਰ ਅੱਗੇ ਚੱਲਦੇ ਹਾਂ ਮੁਸਲ ਪਾ ਕੇ। ਅਤੇ ਉੱਥੇ ਚੱਲ ਕੇ ਤੁਹਾਨੂੰ ਵਿਖਾਉਂਦੇ ਹਾਂ ਆਸਥਾਨਾ ਸ਼ਰੀਫ, ਅਤੇ ਹੋ ਸਕਿਆ ਤਾਂ ਜੇ ਸੱਯਦ ਬਾਦਸ਼ਾਹ ਆਏ ਵਿੱਚ ਤਾਂ ਸੱਯਦ ਬਾਦਸ਼ਾਹ ਦੀ ਵੀ ਵੀਡੀਓ ਥੋੜ੍ਹੀ ਜਿਹੀ ਵਿੱਚ ਪਾਵਾਂਗੇ। ਮਿਲਦੇ ਹਾਂ ਉੱਥੇ ਜਾ ਕੇ। ਬਣਾਏ ਨਹੀਂ ਉਹ ਲੈ ਆ, ਪਾਣੀ ਮਿੱਠਾ ਵੀ ਹੈਗਾ ਕਿ ਖੱਟਾ ਹੀ ਹੈ? ਦਹੀਂ ਵਾਲੀ ਪਾ ਦਿੱਤੀ ਉਹ, ਕਿ ਦਹੀਂ ਵਾਲੀ ਵੀ ਕੋਣੀ ਇੱਕ ਕੁਰਸੀ ਹੋਰ ਦੇ ਦੀ। ਹਾਂਜੀ ਆ ਗਏ ਨੇ ਗੋਲ ਗੱਪੇ, ਅਤੇ ਖਾਂਦੇ ਹਾਂ ਗੋਲ ਗੱਪੇ। ਅਤੇ ਇਹ ਵੇਖੋ ਨਲਕਾ ਪਾਣੀ ਵਾਲਾ, ਇਹ ਕੁਰਸੀ ਕਿਉਂ ਲਿਆ ਜੀ? ਕਮਾਲ ਵਧੀਆ ਬਿਹਤਰੀਨ। ਹਾਂਜੀ ਇੱਥੋਂ ਖਾ ਪੀ ਕੇ ਜੀ ਹੁਣ ਤੁਰ ਪਏ ਹਾਂ
ਤੇ ਪਹੁੰਚ ਕੇ ਆਸਥਾਨਾਂ ਤੇ ਤੁਹਾਨੂੰ ਵਿਖਾਉਂਦੇ ਹਾਂ ਕਿ ਬਾਬੇ ਜੀ ਹਰਾਂ ਦੀ ਦਾਵਤ ਹੈ ਜੇ ਗੈਸਟ ਹਾਊਸ ਛੰਗਾ ਮੰਗਾ ਦਾ। ਇਹ ਗੈਸਟ ਹਾਊਸ ਤੋਂ ਅੱਗੇ ਜਾ ਰਹੇ ਹਾਂ ਅਤੇ ਜੰਗਲ ਹੀ ਜੰਗਲ ਹਰ ਪਾਸੇ, ਕਿਉਂਕਿ ਪਾਕਿਸਤਾਨ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਾ ਜੰਗਲਾਤ ਹੈ ਛਾਂਗਾ ਮਾਂਗਾ, ਜਿਹਨੂੰ ਬੜੀ ਦੂਰ ਦੂਰ ਤੋਂ ਦੁਨੀਆ ਵੇਖਣ ਆਉਂਦੀ ਇੱਥੇ ਝੀਲ 'ਤੇ। ਈਦ ਹੋਵੇ, ਬਕਰੀਦ ਹੋਵੇ, 14 ਅਗਸਤ ਹੋਵੇ, ਕੋਈ ਵੀ ਦਿਨ ਹੋਵੇ, ਇੱਥੇ ਦੁਨੀਆ ਵਧੀਆ ਆਉਂਦੀ ਹੈ ਦੂਰ ਦੂਰ ਤੱਕ, ਜਿੱਥੇ ਅੱਜ ਅਸੀਂ ਜਾ ਰਹੇ ਹਾਂ। ਇੱਥੋਂ ਜੀ ਮੁੜ ਗਏ ਹਾਂ ਮਹਿਤਾਬੀ ਝੀਲ ਵੱਲ, ਅਤੇ ਇਹ ਗੱਡੀਆਂ ਅਤੇ ਰਕਸ਼ੇ ਲੱਗੇ ਹੁੰਦੇ ਨੇ। ਇਹ ਲਿਖਿਆ ਜੀ ਖੁਸ਼ ਆਮਦੀਦ, ਵੈਲਕਮ। ਇਹ ਅੰਦਰ ਦਾਖਲ ਹੋ ਗਿਆ, ਹੁਣ ਪਹੁੰਚ ਕੇ ਉੱਥੇ ਦਿਖਾਉਂਦੇ ਹਾਂ ਤੁਹਾਨੂੰ ਮੁਰਸ਼ਦ ਦਾ ਆਸਥਾਨਾ, ਸੱਯਦ ਬਾਦਸ਼ਾਹ ਦਾ ਗਹਿਰਾਨਾ। ਅਤੇ ਕਿਸੇ ਮੇਰੇ ਭਰਾ ਇੱਥੇ ਆਉਣਾ ਹੋਵੇ, ਐਡਰੈਸ ਦਾ ਨਾਂ ਪਤਾ ਲੱਗਦਾ ਹੋਵੇ, ਅਤੇ ਮੈਨੂੰ ਥੱਲੇ ਟੈਲੀਫੋਨ ਦਿਆਂਗਾ, ਨੰਬਰ ਦਿਆਂਗਾ, ਉਸ ਨੰਬਰ 'ਤੇ ਮੇਰੇ ਨਾਲ ਰਾਬਤਾ ਕਰ ਲਵੇ, ਅਤੇ ਮੈਂ ਬਾਬੇ ਜੀ ਹਰਾਂ ਦਾ ਤੁਹਾਨੂੰ ਐਡਰੈਸ ਟੈਲੀਫੋਨ ਨੰਬਰ ਮੇਰੇ ਕੋਲ ਲੈ ਸਕਦਾ। ਅੱਲਾਹ ਤਾਲਾ ਕਿਸੇ ਨੂੰ ਵੀ ਪਰੇਸ਼ਾਨੀ ਮੁਸ਼ਕਲ ਨਾ ਆਵੇ ਕਿਸੇ ਮੇਰੇ ਭੈਣ ਭਰਾ 'ਤੇ। ਬੈਠੇ ਹਾਂਜੀ, ਪਹੁੰਚ ਗਿਆ ਅਸਥਾਨੇ 'ਤੇ, ਅੰਦਰ ਸਾਨੂੰ ਦਿੱਤਾ ਦੋ ਪਿੱਛੇ ਜੇ ਦਸਤਰਖਾਨ, ਅੱਗੇ ਚਾਰ ਪਾਈਆਂ 'ਤੇ ਅਸੀਂ ਬੈਠੇ ਹਾਂ, ਖਾਣਾ ਲੱਗ ਰਿਹਾ। ਅਤੇ ਮੇਰੀ ਬੇਟੀ ਨੂੰ ਜਿਹੜੀ ਬਿਮਾਰੀ ਸੀ ਨਾ, ਤੁਸੀਂ ਸਾਰੇ ਜਾਣਦੇ ਹੋ, ਉਹਨੂੰ ਬਿਮਾਰੀ ਸੀ ਬਲੈਕ ਟੂਮਰ, ਦਿਮਾਗ ਦਾ ਸੁਪਨਾ। ਇਹ ਹੈ ਜੀ ਸੱਯਦ ਬਾਦਸ਼ਾਹ ਕਾ ਲੰਗਰ, ਬਿਰਯਾਨੀ ਔਰ ਸਾਥ ਮੇਂ ਕੋਰਮਾ ਔਰ ਸਾਦਾ ਰੋਟੀ ਹੈ ਸਾਥ ਮੇਂ। ਆਓ ਫਿਰ ਇਹ ਹੈ ਲੰਗਰ ਕਰਨੇ ਦਸਤਰਖਾਨ ਸੱਯਦ, ਬਾਕੀ ਸਭ ਗੱਲ ਜਿਹੜੀ ਵਿੱਚ ਰਹਿ ਗਈ ਉਹ ਬਾਅਦ 'ਚ ਦੱਸਣਾ, ਉਹ ਆਓ ਪਹਿਲੇ ਕਰ ਲਈਏ ਲੰਗਰ ਖਾਤੇ ਹੈ ਖਾਣਾ, ਹਾਂ ਖਾਣਾ ਖਾ ਕੇ ਬਾਅਦ ਮੈਂ ਆਪ ਫਿਰ ਤੁਹਾਨੂੰ ਦੱਸਦੇ ਹਾਂ ਬਾਕੀ। ਇਹ ਹੈ ਜੀ ਆਸਥਾਨਾ, ਇਹ ਜੀ ਆਸਥਾਨਾ ਸ਼ਰੀਫ, ਜ਼ਰਾ ਵੇਖੋ। ਅਤੇ ਉਸ ਬਿਮਾਰੀ ਦਾ ਨਾ ਜਿਹੜੇ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਸਾਂ, ਮੇਰੀ ਬੇਟੀ ਦੇ ਮੈਂ ਕੋਈ ਪਾਕਿਸਤਾਨ ਦਾ ਡਾਕਟਰ ਨਹੀਂ ਜਿਹੜੇ ਬੈਠਣੇ ਗਈ ਉਹ ਜਗ੍ਹਾ, ਲੇਕਿਨ ਜਿਹੜਾ ਵੀ ਉਹ ਕਹਿੰਦੇ ਜੀ ਇਸ ਬਿਮਾਰੀ ਦਾ ਇਲਾਜ ਇਹ ਬਿਮਾਰੀ ਦਾ ਇਲਾਜ ਨਹੀਂ। ਅਤੇ ਆਇਆ ਸਜਦਾਂ ਦੇ ਦੁਆਰੇ 'ਤੇ, ਕੰਮ ਅਜ਼ ਕੰਮ ਜਿੱਥੇ ਆਉਂਦੇ ਨੇ ਮੁਰਦੇ ਵੀ ਜਿੱਦਾਂ ਹੁੰਦੇ ਨੇ ਦੋ ਤਿੰਨ, ਅਤੇ ਅਲਹਮਦੁਲਿਲਾ ਮੇਰੀ ਬੇਟੀ ਅੱਗੇ ਨਾਲੋਂ ਕਾਫੀ ਬਿਹਤਰ ਹੈ। ਅਤੇ ਉਹਨਾਂ ਨੇ ਦੱਸਿਆ ਕਿ 6 ਮਹੀਨੇ ਜਾਂ ਸਾਲ ਇਹਦਾ ਦਮ ਕਰਾਏਗਾ, ਅਤੇ ਬਾਅਦ 'ਚੋਂ ਇਹਦੀ ਸਿਟੀ ਸਕੈਨ ਕਰਾ ਸਕਦਾ। ਜਿਹਨਾਂ ਤੈਨੂੰ ਕਿਹਾ ਸੀ ਕਿ ਇਹਦਾ ਦਿਮਾਗ ਸੁੱਕ ਗਿਆ, ਉੱਥੇ ਜਾ ਕੇ ਕਰਾ ਕੇ ਤੂੰ ਵੇਖ ਸਕਦਾ ਆਪਣੇ ਦਿਲ ਨੂੰ ਦਿਲਾਸਾ ਦੇਣ ਵਾਸਤੇ ਕਿ ਵਾਕਈ ਤੇਰੇ ਬੇਟੀ ਠੀਕ ਹੈ। ਅਗਰ ਉਹ ਵੀਡੀਓ, ਇਹ ਤੁਹਾਡੇ ਭਰਾਵਾਂ ਵਾਸਤੇ ਮੈਂ ਇਹ ਵੀਡੀਓ ਬਣਾਈ ਹੈ ਕਿ ਕਿਸੇ ਦੇ ਬੱਚੇ ਨੂੰ, ਕਿਸੇ ਦੇ ਬਜ਼ੁਰਗ ਨੂੰ ਕੋਈ ਵੀ ਮਸਲਾ ਫਾਲਜ ਦਾ, ਦਿਮਾਗ ਸੁੱਕਣ ਦਾ, ਚੱਲ ਫਿਰ ਨਹੀਂ ਸਕਦਾ,
ਅਤੇ ਉਹ ਮੇਰੇ ਨਾਲ ਰਾਬਤਾ ਕਰੇ, ਮੈਂ ਉਹਨੂੰ ਆਸਥਾਨੇ ਦਾ ਐਡਰੈਸ ਦਿਆਂਗਾ ਅਤੇ ਫੀਸ ਵੀ ਲੀਲਾ ਹੈ, ਕੋਈ ਐਡਾ ਲੈਣ ਦੇਣ ਨਹੀਂ ਬੱਕਰਿਆਂ ਛੱਕਰਿਆਂ ਦਾ। ਸੈਯਦ ਬਾਦਸ਼ਾਹ ਅੱਲਾਹ ਤਾਲਾ ਨੇ ਉਹਨਾਂ ਨੂੰ ਬੜਾ ਨਵਾਜ਼ਿਆ, ਉਧਰੋਂ ਵਕੀਲ ਨੇ ਐਡਵੋਕੇਟ ਨੇ, ਦਾਦਾ ਕੀ ਦਾਦੇ ਪੜਦਾਦੇ ਤੋਂ ਐਡਵੋਕੇਟ ਬਾਪ ਕੀ ਅਤੇ ਸੈਯਦ ਨੇ ਅਤੇ ਫੈਜ਼ ਮੌਲਾ ਅਲੀ ਦੇ ਦਰ ਦਾ ਵੰਡਿਆ ਜਾ ਰਿਹਾ ਅਤੇ ਪਾਕ ਫਾਤਮਤੁਲ ਜ਼ਹਰਾ ਦਾ ਸਦਕਾ ਇੱਥੋਂ ਹਰ ਇੱਕ ਠੀਕ ਹੋ ਰਿਹਾ ਹੈ। ਇਹ ਜੇ ਅੰਦਰ ਉਹਦੇ ਦਾਦਾ ਦੀ ਜ਼ਰੀ ਮੁਬਾਰਕ ਸਫਦਰ ਸ਼ਾਹ ਦੀ, ਇਸ ਵਕਤ ਜਿਹੜਾ ਉਹ ਅਬਦੁਰਰਹਿਮਾਨ ਸਾਹਿਬ ਹਮਦਾਨੀ ਸੈਯਦ ਬਾਦਸ਼ਾਹ ਗੱਦੀ ਨਸ਼ੀਨ ਨੇ, ਉਹਨਾਂ ਦੇ ਵਾਲਦ ਜਿਹੜੇ ਨੇ ਉਹ ਵੀ ਸਿਰ 'ਤੇ ਕਾਇਮ ਨੇ, ਦਾਦਾ ਵਫਾਤ ਪਾ ਚੁੱਕੇ ਨੇ ਅਤੇ ਇਹ ਦਾਦੇ ਦੀ ਜ਼ਰੀ ਹੈ ਅਤੇ ਇਹ ਇਹਨਾਂ ਦੇ ਸ਼ਜਰਾ ਏ ਨਿਸਬਤ ਜੇ। ਅਤੇ ਆਓ ਇੱਥੋਂ ਮੌਲਾ ਅਲੀ ਦੇ ਦਰ ਤੋਂ ਫੈਜ਼ ਲੈਂਦੇ ਜਾਓ, ਝੋਲੀਆਂ ਭਰਦੇ ਜਾਓ। ਤੁਹਾਨੂੰ ਪਤਾ ਹੈ ਫਕੀਰ ਦੇ ਦਰ 'ਤੇ ਜਾਂ ਸੈਯਦ ਦੇ ਦਰ 'ਤੇ ਆਉਣਾ, ਕੁਛ ਲੈ ਕੇ ਹੀ ਬੰਦਾ ਜਾਂਦਾ ਹੈ, ਕੁਛ ਇੱਥੋਂ ਲੈ ਕੇ ਜਾਂਦਾ ਹੈ, ਕੁਝ ਖਾਲੀ ਹੱਥ ਨਹੀਂ ਜਾਂਦਾ। ਅਤੇ ਇਹ ਜੇ ਸੈਯਦਾਂ ਦਾ ਦਰ, ਅੱਲਾਹ ਤਾਲਾ ਹਰ ਇੱਕ ਦੀ ਦਿਲੀ ਹਾਜਾਤ ਪੂਰੀ ਕਰੇ ਅਤੇ ਹਰ ਇੱਕ ਦੀ ਮੁਸ਼ਕਲ ਆਸਾਨ ਕਰੇ। ਅੰਦਰ ਪੱਖੇ ਲੱਗੇ ਨੇ, ਸਕੂਨ ਨਾਲ ਬਵੋ, ਦੁਆ ਕਰੋ, ਫਾਤਿਹਾ ਖਾਨੀ ਕਰੋ ਅਤੇ ਫਾਤਿਹਾ ਪੜ੍ਹ ਕੇ ਦੁਆ ਕਰੋ, ਅੱਲਾਹ ਤਾਲਾ ਕਬੂਲ ਕਰ ਲਏ। ਹੈ ਜੀ ਨਾਰ ਅੱਗੇ, ਇਸ ਤੋਂ ਅੱਗੇ ਰਸਤਾ ਹੈ ਮਤਾਬੀ ਝੀਲ ਦਾ ਅਤੇ ਕੁਆਰੇ ਆਉਂਦੇ ਹਾਂ ਅਤੇ ਸਾਰੇ ਇਲਾਕੇ ਫਿਰੇ ਨੇ। ਜਦੋਂ ਸਕੂਲੋਂ ਛੁੱਟੀ ਹੋਣੀ ਉਦੋਂ ਮਤਾਬੀ ਝੀਲ 'ਤੇ ਆ ਜਾਣਾ ਜਾਂ ਨਾਰ ਜਨਾਵਣਾ, ਅਤੇ ਜਦੋਂ ਦੀ ਸ਼ਾਦੀ ਬੇਲੀਆਂ ਦੋਸਤਾਂ ਨਾਲ ਮਤਾਬੀ ਝੀਲ 'ਤੇ ਫਿਰਨਾ ਟੁਰਨਾ ਸੈਰ ਕਰਨੀ, ਅਤੇ ਜਦੋਂ ਦੀ ਸ਼ਾਦੀ ਹੋਈ ਹੈ ਹੁਣ ਨਾ ਬੇਲੀਆਂ ਜੋ ਕੇ ਰਹੇ ਹਾਂ ਅਤੇ ਨਾ ਬੇਲੀਆਂ ਜੋ ਕੇ ਰਹੇ ਹਾਂ, ਸਭ ਸੈਰੋ ਤਫਰੀ ਜਿਹੜੀ ਹੈ ਉਹ ਖਤਮ, ਬਸ ਖਾਲੀ ਘਰ ਅਤੇ ਬੀਵੀ, ਅਤੇ ਜੇ ਬਾਹਰ ਜਾਣਾ ਤਾਂ ਬੀਵੀ ਆਉਂਦੀ ਹੈ ਸਾਡੇ ਤੋਂ ਬਿਨਾਂ, ਤੇਰਾ ਦਿਲ ਬਾਵਾ ਲੱਗ ਜਾਂਦਾ, ਫਿਰ ਬੰਦਾ ਕੀ ਕਰੇ। ਹੁਣ ਮੇਰਾ ਵੀਰ ਸਿਰਫ ਰਹਿ ਗਿਆ ਬੀਵੀ ਜੋਗੇ ਅਤੇ ਬੱਚਿਆਂ ਜੋਗੇ, ਪਿੰਡ ਦੀਆਂ ਕਿਆ ਬਾਤਾਂ ਨੇ, ਪਿੰਡ ਹੁੰਦੇ ਸਨ ਪਿੰਡਾਂ ਦੀ ਕੋਈ ਨਿੱਜੀ ਕੁਆਰੇ ਹੁੰਦੇ ਸਨ, ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਬੜੀਆਂ ਟੈਨਸ਼ਨਾਂ, ਕਾਰੋਬਾਰ ਕਰੋ ਬੀਵੀ ਬੱਚਿਆਂ ਵਿੱਚ ਅਤੇ ਬਸ। ਇਹ ਸੂਰਤ ਹਾਲ ਜੇ ਬਾਬੇ ਜੀ ਹਰਾਂ ਕੋਲੋਂ ਵਾਪਸ ਆ ਗਏ ਹਾਂ, ਹੁਣ ਜਾ ਰਿਹਾ ਵਾਪਸੀ ਘਰ ਨੂੰ, ਕਿਉਂਕਿ ਮਸੂਮਾਂ ਨੂੰ ਦਮ ਵੀ ਕਰਾ ਲਿਆ, ਖਾਣਾ ਛਾਣਾ ਵੀ ਖਾ ਲਿਆ। ਅਤੇ ਬਾਬੇ ਜੀ ਹਰਾਂ ਅੱਗੇ ਮੈਂ ਰਿਕੁਐਸਟ ਕੀਤੀ ਸੀ ਕਿ ਬਾਬਾ ਜੀ ਜ਼ਰਾ ਦੋ ਮਿੰਟ ਵੀਡੀਓ ਜਾਂ ਤਸਵੀਰ, ਉਹਨੇ ਨਹੀਂ ਪੁੱਤਰੇ, ਇਹਨਾਂ ਚੀਜ਼ਾਂ ਤੋਂ ਸਾਨੂੰ ਦੂਰ ਰੱਖੋ। ਬਹਰਹਾਲ ਦੁਆ ਕਰਾਂਗਾ ਅੱਲਾਹ ਤਾਲਾ ਤੇਰੇ ਕਾਰੋਬਾਰ 'ਚ ਬਰਕਤ ਪਾਵੇ, ਜਦੋਂ ਪਿੱਛੇ ਸੈਯਦਾਂ ਦਾ ਹੱਥ ਹੋਵੇ ਨਾ ਤਾਂ ਕੋਈ ਕੰਮ ਪਿੱਛੇ ਨਹੀਂ ਰਹਿੰਦਾ।
ਹੁਣ ਮਿਲਦੇ ਹਾਂ ਜਾ ਕੇ ਤੁਹਾਨੂੰ ਘਰ ਪਹੁੰਚ ਕੇ, ਹੁਣ ਸਫ਼ਰ ਹੈ ਅਤੇ ਘਰ ਪਹੁੰਚ ਕੇ ਤੁਹਾਨੂੰ ਮਿਲਦੇ ਹਾਂ। ਹਾਂਜੀ ਪਹੁੰਚ ਚੁੱਕੇ ਹਾਂ ਘਰ, ਤੁਹਾਨੂੰ ਪਤਾ ਫਿਰ ਇੰਨਾ ਸਫ਼ਰ ਜਿਹੜਾ ਹੈ ਮੋਟਰਸਾਈਕਲ 'ਤੇ ਬਹੁਤ ਔਖਾ ਹੈ, ਅਤੇ ਫਿਰ ਨਾਲ ਮਾਸੂਮਾਂ ਦੀ ਹਾਲਤ ਵਾਪਸੀ ਆਉਂਦਿਆਂ ਜਿਹੜਾ ਹੈ ਨਾ ਬਹੁਤ ਹੱਦ ਤੋਂ ਜ਼ਿਆਦਾ ਖਰਾਬ ਹੋ ਗਈ, ਉਲਟੀਆਂ ਵਗੈਰਾ ਕਰਨ ਲੱਗ ਪਈ, ਬੁਖਾਰ ਬਹੁਤ ਤੇਜ਼ ਹੋ ਗਿਆ, ਇਸ ਵਜ੍ਹਾ ਤੋਂ ਫਿਰ ਨਾ ਬਹੁਤ ਲੇਟ ਪਹੁੰਚੇ ਹਾਂ। ਰਾਜ ਇੱਕ ਦੋ ਜਗ੍ਹਾ 'ਤੇ ਬਿਠਾਇਆ, ਬਿਠਾ ਕੇ ਕੋਈ ਇਹਨੂੰ ਨੱਪਿਆ ਕੁੱਟਿਆ ਤਾਂ ਕਿ ਇਹ ਕੋਈ ਥੋੜ੍ਹੀ ਜਿਹੀ ਬਿਹਤਰ ਹੋਵੇ, ਅਤੇ ਫਿਰ ਠੰਡੇ ਕੱਪੜੇ ਦੀਆਂ ਪੱਟੀਆਂ ਰਾਜ ਕਰਦੇ ਆਏ ਅਤੇ ਪਹੁੰਚੇ ਹਾਂ ਘਰ। ਲੱਗਦਾ ਹੈ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ, ਅੱਛੀ ਲੱਗੀ ਹੋਈ ਹੋਵੇ ਤਾਂ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਔਰ ਅੱਗੇ ਦੋਸਤਾਂ ਨੂੰ ਸ਼ੇਅਰ ਕਰੋ ਔਰ ਪਿਆਰੇ ਪਿਆਰੇ ਕਮੈਂਟਸ ਕਰੋ। ਅਗਰ ਸੱਯਦ ਬਾਦਸ਼ਾਹ ਦਾ ਕੋਈ ਐਡਰੈਸ ਚਾਹੀਦਾ ਹੋਵੇ ਕਿਸੇ ਵੀ ਭਰਾ ਨੂੰ ਜਿਹਨੂੰ ਕਿਸੇ ਕਿਸਮ ਦੀ ਫਾਲਜ ਦੀ ਦਿਮਾਗੀ ਮਸਲਾ ਹੈ, ਜਾਂ ਕੋਈ ਬੱਚਾ ਟੁਰ ਨਹੀਂ ਸਕਦਾ, ਜਾਂ ਕੋਈ ਲਕੋਰੀਆ ਕਿਸੇ ਕਿਸਮ ਦੀ ਬਿਮਾਰੀ ਹੈ ਜ਼ਨਾਨਾ ਜਾਂ ਮਰਦਾਨਾ, ਅਤੇ ਉਹਦੇ ਵਾਸਤੇ ਰਾਬਤਾ ਕਰੋ ਕਿਸੇ ਨੂੰ ਜਿੰਨਾਤ ਦਾ ਅਸਰਾਤ ਨੇ ਜਾਂ ਕਿਸੇ ਨੂੰ ਕਿਸੇ ਕਿਸਮ ਦੀ ਵੀ ਬਿਮਾਰੀ ਹੈ, ਫੀਸ ਬਿੱਲ ਦਾ ਇਲਾਜ ਕਰਦੇ ਨੇ, ਕਿੰਨਾ ਦਾ ਦਿਮਾਗ ਵੀ ਸੁੱਕਿਆ ਉਹਦਾ ਵੀ ਇਲਾਜ ਕਰਦੇ ਨੇ, ਜਿੰਨਾ ਬੱਚਾ ਟੁਰ ਫਿਰ ਨਹੀਂ ਸਕਦਾ ਉਹਦਾ ਵੀ ਇਲਾਜ ਕਰਦੇ ਨੇ ਦਮ ਦੇ ਜ਼ਰੀਏ, ਅੱਲਾਹ ਤਾਲਾ ਦੀ ਕਲਾਮ ਦੇ ਜ਼ਰੀਏ। ਅਤੇ ਮੈਂ ਨੀਚੇ ਥੱਲੇ ਆਪਣਾ ਨੰਬਰ ਦੇ ਰਿਹਾ, ਕਿਸੇ ਵੀ ਭਰਾ ਰਾਬਤਾ ਕਰਨਾ ਹੋਵੇ ਤਾਂ ਮੇਰੇ ਨਾਲ ਕਰ ਸਕਦਾ, ਅਤੇ ਕੱਲ੍ਹ ਤੱਕ ਲਈਏ ਅੱਲਾਹ ਹਾਫਿਜ਼।